कोविड 19 ਦੇ ਚਲਦੇ ਕਰੀਬ 8 ਮਹੀਨਿਆਂ ਤੱਕ ਬੰਦ ਰਹੇ ਸਕੂਲ ਅੱਜ ਖੋਲ ਦਿੱਤੇ ਗਏ ਹਨ। ਦੱਸਦੇ ਕਿ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦੇ ਆਦੇਸ਼ਾਂ ਤੋਂ ਬਾਅਦ ਸੂਬੇ 'ਚ ਅੱਜ 5ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਦੇ ਸਰਕਾਰੀ, ਪ੍ਰਾਈਵੇਟ ਅਤੇ ਅਰਧ ਸਰਕਾਰੀ ਸਕੂਲ ਖੋਲੇ ਗਏ ਹਨ। ਉੱਥੇ ਅੱਜ ਵਿਦਿਆਰਥੀ ਬੜੇ ਉਤਸ਼ਾਹ ਦੇ ਨਾਲ ਸਕੂਲ ਪਹੁੰਚੇ ਤੇ ਕੋਰੋਨਾ ਸੰਬੰਧੀ ਸਿਹਤ ਵਿਭਾਗ ਵੱਲੋਂ ਜੋ ਵੀ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਹਨ ਉਸ ਦਾ ਸਕੂਲ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵੱਲੋਂ पालना की जा रही है। दसनयोग है कि गाइडलाइन मुताबिक एक बेंच से एक ही विद्यार्थी बैठने की इजाजत होगी। स्कूल लगन तो पहला क्लासरूम चंगी तरह सैनिटाइज करना जरूरी होगा। इस मौके विद्यार्थियों ने कहा कि स्कूल खोलने नाल पढ़ाई होर भी वधिया तरीके नाल होगी। हालांकि पहला ऑनलाइन पढ़ाई चल रही थी। ਮਨਪ੍ਰੀਤ ਸਿੰਘ ਆ, ਪਹਿਲਾਂ ਵੀ ਪੜ੍ਹਾਈ ਆਨਲਾਈਨ ਚੱਲਦੀ ਸੀ, ਉਹ ਵਧੀਆ ਚੱਲਦੀ ਸੀ, ਪਰ ਜਦੋਂ ਹੁਣ ਦੇ ਸਕੂਲ ਓਪਨ ਹੋਏ ਆ ਇਹ ਪੜ੍ਹਾਈ ਵਧੀਆ ਹੁੰਦੀ ਆ। ਅਤੇ ਜੋ ਵੀ ਆਪਣੇ ਕੋਈ ਵੀ ਗੱਲ ਹੁੰਦੀ ਸਮਝਣ ਵਾਲੀ ਉਹ ਟੀਚਰਾਂ ਕੋਲ ਵਧੀਆ ਅਸੀਂ ਸਮਝ ਲੈਂਦੇ ਹਾਂ ਸਕੂਲ ਆਣ ਕੇ। ਜੇ ਸਕੂਲ ਖੁੱਲ੍ਹਿਆ ਤਾਂ ਬਹੁਤ ਵਧੀਆ ਗੱਲ ਆ। ਅਸੀਂ ਪੜ੍ਹਾਈ ਨੂੰ ਚੰਗੀ ਤਰ੍ਹਾਂ ਜਿਹੜੀਆਂ ਚੀਜ਼ਾਂ ਨਹੀਂ ਸਮਝ ਲੱਗਦੀਆਂ ਉਹ ਆਪਣੇ ਟੀਚਰ ਨਾਲ ਹੀ ਡਿਸਕਸ ਕਰ ਸਕਦੇ ਹਾਂ। ਅਤੇ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ 9ਵੀਂ ਤੋਂ 12ਵੀਂ ਤੱਕ ਮਾਪਿਆਂ ਦੀ ਸਹਿਮਤੀ ਦੇ ਨਾਲ ਜਿਹੜੇ ਬੱਚਿਆਂ ਲਈ ਸਕੂਲ ਖੋਲ੍ਹੇ ਗਏ ਸੀ ਅਤੇ ਉਦੋਂ ਵੀ ਬੱਚੇ ਕਾਫੀ ਗਿਣਤੀ ਦੇ ਵਿੱਚ ਸਕੂਲ ਆ ਰਹੇ ਸੀ। ਹੁਣ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਵਾ ਕਿ ਜਿਹੜੇ ਸਕੂਲ ਆ ਉਹ 5ਵੀਂ ਤੋਂ ਲੈ ਕੇ ਅਤੇ 12ਵੀਂ ਤੱਕ ਖੋਲ੍ਹੇ ਗਏ ਆ। ਸੋ ਉਹਦੇ ਵਾਸਤੇ ਇਸ ਸੰਸਥਾ ਦੇ ਵਿੱਚ ਪੂਰੀ ਵਿਵਸਥਾ ਵਾ, ਬਿਲਕੁਲ ਬਹਿਣ ਦਾ ਜਿਹੜਾ ਸਾਰਾ ਪ੍ਰੋਪਰ ਇੰਤਜ਼ਾਮ, ਜਿੱਦਾਂ ਕੋਵਿਡ 19 ਦੀਆਂ ਹਦਾਇਤਾਂ ਵਾ, ਸੋਸ਼ਲ ਡਿਸਟੈਂਸਿੰਗ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇਗਾ ਔਰ ਬੱਚਿਆਂ ਨੂੰ ਮਾਸਕ ਲਾ ਕੇ ਆਉਣਾ ਜਿਹੜਾ ਜ਼ਰੂਰੀ ਕਰਾਰ ਦਿੱਤਾ ਜਾਵੇਗਾ। ਇਸ ਸੰਬੰਧੀ ਉਹਨਾਂ ਦੇ ਮਾਪਿਆਂ ਨੂੰ ਵੀ ਅਵੇਅਰ ਕੀਤਾ ਜਾਵੇਗਾ ਔਰ ਮੈਂ ਸਮਝਦਾ ਕਿ ਇਹਦੇ ਨਾਲ ਜਿਹੜਾ ਲੰਬੇ ਸਮੇਂ ਤੋਂ ਸਕੂਲ ਬੰਦ ਪਏ ਸੀ, ਔਨਲਾਈਨ ਪੜ੍ਹਾਈ ਜਾਰੀ ਸੀ, ਪਰੰਤੂ ਸਕੂਲ ਦੇ ਵਿੱਚ ਆ ਕੇ ਜਿੱਦਾਂ ਬੱਚੇ ਅੱਜ ਆ ਰਹੇ ਆ ਉਹ ਬੜਾ ਵਧੀਆ ਮਹਿਸੂਸ ਕਰ ਰਹੇ ਆ ਕਿ ਕਾਫੀ ਲੰਬੇ ਸਮੇਂ ਤੋਂ ਬਾਅਦ ਜਿਹੜੇ ਬੱਚੇ ਆ ਉਹ ਸਕੂਲ ਦੇ ਵਿੱਚ ਅੱਜ ਹਾਜ਼ਰ ਹੋਏ ਆ। ਨਿਰਪੱਖ ਪੋਸਟ ਲਈ ਖਡੂਰ ਸਾਹਿਬ ਤੋਂ ਜੀ ਖਾਲਸਾ ਤੇ ਮਾਨ ਸਿੰਘ ਦੀ ਰਿਪੋਰਟ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ ਯੂਟਿਊਬ ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।